ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਤੇ ਮੈਂ ਆ ਸੁਖਪਿੰਦਰ ਸ਼ਿਰਕਿਲ। ਪ੍ਰੋਗਰਾਮ ਮੁੱਦੇ ਪੰਜਾਬ ਦੇ ਵਿੱਚ ਹਾਰਦਿਕ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਦਿਨ ਭਰ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ, ਤੇ ਅੱਜ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਉਹ ਇਹ ਨੇ ਕਿ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਿਆ। ਰਾਏਕੋਟ ਤੋਂ ਵਿਧਾਇਕ ਜਗਤਾਰ ਜੱਗਾ ਆਖਿਰਕਾਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਨੂੰ ਨਸੀਹਤ ਦਿੱਤੀ ਅਤੇ ਸੀਐਮ ਚੰਨੀ ਨੇ ਵੀ ਕੇਜਰੀਵਾਲ ਤੇ ਪਲਟਵਾਰ ਕੀਤਾ। ਇਸ ਤੋਂ ਇਲਾਵਾ ਜਿਹੜੀ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਹੈ ਉਹ ਇਹ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਸਪਸ਼ਟ ਕਰ ਦਿੱਤਾ ਹੈ ਕਿ ਉਹ ਬੀਜੇਪੀ ਦਾ ਪ੍ਰਚਾਰ ਹੈ ਜਿਹੜਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਕਰਨਗੇ। ਇਹਨਾਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਸਿੰਘ ਰਾਏਪੁਰ ਜੀ। ਪਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸੁਖਿੰਦਰ ਜੀ। ਪਰਮਿੰਦਰ ਜੀ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਾਗੀ ਹੋ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਵੀ ਹੱਥ ਖਾਲੀ ਰਹਿਣੇ ਆ ਜਾਂ ਫਿਰ ਕੁਝ ਪੱਲੇ ਪਏਗਾ? ਬੀਤੇ ਦਿਨੀ ਅਰਵਿੰਦ ਕੇਜਰੀਵਾਲ ਹੋਰੀ ਕਹਿੰਦੇ ਆ ਕਿ ਜਦੋਂ ਕਹਿੰਦੇ ਟਿਕਟ ਕੱਟ ਜਾਂਦੀ ਹੈ ਤਾਂ ਵਿਧਾਇਕ ਚਲੇ ਜਾਂਦੇ ਆ, ਪਰ ਇੱਕ ਵਿਧਾਇਕ ਦੀ ਟਿਕਟ ਕੱਟਣਾ ਜਿਹੜਾ ਮੌਜੂਦਾ ਵਿਧਾਇਕ ਹੈ ਉਹ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਹਿੰਦੇ ਕਿ ਦੋ ਸਾਡੇ ਨਾਲ ਹੈਗੇ ਆ, ਹਲੇ ਦੋ ਜਾ ਚੁੱਕੇ ਨੇ, ਜਗਤਾਰ ਜੱਗਾ ਤੇ ਰੁਪਿੰਦਰ ਰੂਬੀ ਬਾਰੇ ਉਹ ਗੱਲ ਕਰ ਰਹੇ ਸੀ। ਇਸ ਤੋਂ ਇਲਾਵਾ ਕਹਿੰਦੇ ਦੋ ਸਾਡੇ ਨਾਲ ਹੈਗੇ ਆ, ਇਸ ਤਰ੍ਹਾਂ ਮੌਜੂਦਾ ਵਿਧਾਇਕ ਦੀ ਟਿਕਟ ਕੱਟੀ ਜਾਣੀ ਦੇ ਕੀ ਮਾਇਨੇ ਨੇ? ਤੁਸੀਂ ਸਾਰੇ ਜਿਹੜਾ ਵੀ ਹਾਲਾਤ ਚੱਲ ਰਹੇ ਨੇ, ਸਿਆਸੀ ਹਾਲਾਤ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਸੁਖਵਿੰਦਰ ਜੀ, ਹਰ ਇੱਕ ਪਾਰਟੀ ਦੀ ਆਪਣੀ ਪਾਲਿਸੀ ਹੁੰਦੀ ਹੈ ਜੀ। ਇਹ ਤਾਂ ਸਪਸ਼ਟ ਹੈਗਾ ਕਿ ਲੋਕਾਂ ਬਾਰੇ ਇਹਨਾਂ ਨੇ ਘੱਟ ਸੋਚਣਾ ਹੁੰਦਾ, ਆਪਣੀ ਸੱਤਾ ਪ੍ਰਾਪਤੀ ਵਾਲ ਪਾਸੇ ਇਹਨਾਂ ਦਾ ਫੋਕਸ ਹੁੰਦਾ, ਇਹਨਾਂ ਦਾ ਧਿਆਨ ਕੇਵਲ ਤੇ ਕੇਵਲ ਹੁੰਦਾ ਕਿ ਅਸੀਂ ਸੱਤਾ ਪ੍ਰਾਪਤੀ ਕਿਵੇਂ ਕਰੀਏ। ਉਹਦੇ ਲਈ ਇਹ ਚਾਹੇ ਦਲ ਬਦਲਣ ਜੀ, ਚਾਹੇ ਝੂਠੇ ਵਾਅਦੇ ਕਰਨ, ਚਾਹੇ ਐਲਾਨ ਕਰਨ, ਚਾਹੇ ਲੋਕਾਂ ਦੇ ਵਿੱਚ ਵੰਡੀਆਂ ਪਾਉਣ, ਚਾਹੇ ਜਾਤ ਪਾਤ ਦਾ ਰੌਲਾ ਪਾਵੇ, ਭਾਈਚਾਰੇ ਦੇ ਵੰਡ ਕੇ ਦੇਣ, ਧਰਮ ਦੀਆਂ ਗੱਲਾਂ ਕਰਨ, ਧਰਮ 'ਚ ਵੰਡੀਆਂ ਪਾ ਦੇਣ, ਚਾਹੇ ਪਾਕਿਸਤਾਨ ਦਾ ਰੌਲਾ, ਚਾਹੇ ਚਾਈਨਾ ਦਾ ਰੌਲਾ, ਇਹ ਸਾਰੇ ਮੁੱਦੇ ਉਛਾਲ ਕੇ ਇਹਨਾਂ ਨੇ ਸੱਤਾ ਪ੍ਰਾਪਤੀ ਵੱਲ ਤੁਰਨਾ ਹੁੰਦਾ, ਰਾਜਨੀਤਿਕ ਪਾਰਟੀ ਕੋਈ ਵੀ ਆ ਜੀ। ਤੇ ਜਦੋਂ ਚੋਣਾਂ ਆਉਂਦੀਆਂ ਨੇ ਤਾਂ ਤੁਸੀਂ ਦੇਖਿਆ ਹੀ ਹੈ ਕਿ ਛਾਲਾਂ ਮਾਰਨੀਆਂ ਡੱਡੂਆਂ ਵਾਂਗੂ, ਇਹ ਬਰਸਾਤੀ ਡੱਡੂਆਂ ਦੇ ਉਹਦੇ ਵਾਂਗੂ ਹੀ ਹੁੰਦੇ ਨੇ ਰਾਜਨੀਤਿਕ ਲੋਕ, ਜਿਹੜੇ ਸਿਰਫ ਚੋਣਾਂ ਦੇ ਮੌਸਮ 'ਚ ਬਾਹਰ ਆਉਂਦੇ ਨੇ, ਤੇ ਉਹ 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 ਛਾਲਾਂ ਮਾਰਨੇ ਇਸੇ ਗੱਲ ਦਾ ਪ੍ਰਤੀਕ ਹੁੰਦਾ, ਸਬੂਤ ਹੁੰਦਾ ਕਿ ਇਹ ਲੋਕ ਜਿਹੜੇ ਆਮ ਲੋਕ ਨੇ, ਲੋਕਤੰਤਰ ਦਾ ਹਿੱਸਾ ਨੇ, ਜਿਨ੍ਹਾਂ ਨੇ ਲੋਕਤੰਤਰ, ਜਿਨ੍ਹਾਂ ਦੇ ਮੋਢਿਆਂ 'ਤੇ ਲੋਕਤੰਤਰ ਹੁੰਦਾ ਜਾਂ ਜਿਨ੍ਹਾਂ ਕਰਕੇ ਲੋਕਤੰਤਰ ਕਿਹਾ ਜਾਂਦਾ, ਆਮ ਲੋਕਾਂ ਦੀ ਗੱਲ ਕਰਨ ਵਾਲੇ ਜਾਂ ਆਮ ਲੋਕਾਂ ਦੀ ਗੱਲ ਸੁਣਨ ਵਾਲੇ ਨਹੀਂ ਹੈਗੇ, ਇਹ ਸਿਰਫ ਸੱਤਾ ਦੀ ਪ੍ਰਾਪਤੀ ਕੁਰਸੀ ਦੇ ਲਈ ਆਪਣੀ ਦੌੜ ਵਿੱਚ ਸ਼ਾਮਲ ਹੋ ਰਹੇ ਹੁੰਦੇ ਨੇ। ਇੱਕ ਦਲ ਤੋਂ ਦੂਜੇ ਦਲ ਦੇ ਵਿੱਚ ਜਾਣ ਦਾ ਮਤਲਬ ਇਹੀ ਹੁੰਦਾ, ਚਾਹੇ ਉਹ ਨਵਾਂ ਦਲ ਬਣਾਉਣ ਦਾ ਮਤਲਬ ਹੋਵੇ ਕਿ ਅਸੀਂ ਸੱਤਾ 'ਚ ਆਈਏ ਕਿਸੇ ਤਰੀਕੇ ਆ ਜੀ, ਸਾਨੂੰ ਪਾਵਰ ਚਾਹੀਦੀ ਆ। ਉਹ ਪਾਵਰ ਲੋਕਾਂ 'ਤੇ ਰਾਜ ਕਰਨਾ, ਪੈਸੇ ਦੀ ਖੁੱਲ੍ਹੀ ਵਰਤੋਂ ਜੀ, ਕਿਉਂਕਿ ਕਮਾਣ ਨਹੀਂ ਜਾਣਾ ਕਿਤੇ, ਕੋਈ ਟੈਕਸ ਨਹੀਂ, ਕੋਈ ਕੁਛ ਨਹੀਂ, ਇਲਾਜ ਫਰੀ ਨੇ, ਗੱਡੀਆਂ ਫਰੀ ਨੇ, ਸਲੂਟ ਵੱਜਦੇ ਨੇ ਪੁਲਿਸ ਅੱਗੇ ਪਿੱਛੇ, ਅਤੇ ਉਹ ਚੀਜ਼ ਦੀ ਪ੍ਰਾਪਤੀ ਵਾਸਤੇ ਇਹ ਸਾਰੇ ਹਿੱਤ ਨੇ ਜਿਹੜੇ, ਚਾਹੇ ਉਹ ਸਟੇਟ ਦੇ ਨੇ, ਚਾਹੇ ਉਹ ਲੋਕਾਂ ਦੇ ਨੇ, ਛਿੱਕੇ ਟੰਗ ਦਿੰਦੇ ਨੇ। ਹੁਣ ਜਿਹੜਾ ਤੁਸੀਂ ਰਾਏਕੋਟ ਵਾਲੇ ਦੀ ਗੱਲ ਕੀਤੀ ਹੈ, ਜਗਤਾਰ ਸਿੰਘ ਜੱਗਾ ਦੀ, ਉਹ ਕਾਂਗਰਸ 'ਚ ਚਲੇ ਗਏ, ਟਿਕਟ ਨਹੀਂ ਮਿਲ ਰਹੀ ਤਾਂ ਉੱਧਰ ਚਲੇ ਗਏ, ਉੱਥੇ ਟਿਕਟ ਨਹੀਂ ਮਿਲੂ ਕਿਸੇ ਹੋਰ ਚਲੇ ਜਾਣਾ, ਅਸੀਂ ਆਮ ਆਦਮੀ ਪਾਰਟੀ 'ਚ ਆਏ ਨੇ, ਅਸੀਂ ਆਮ ਆਦਮੀ ਪਾਰਟੀ 'ਚੋਂ ਚਲੇ ਜਾ ਰਹੇ ਨੇ, ਇਹ ਇੱਕ ਆਣ ਜਾਣ ਬਣਿਆ ਹੁੰਦਾ ਜੀ। ਗੱਲ ਤਾਂ ਇਹ ਹੁੰਦੀ ਆ ਕਿ ਪਾਰਟੀ ਸੁਪਰੀਮੋ ਹੁੰਦਾ ਜਿਹੜਾ, ਉਹਨੂੰ ਇਹ ਦੇਖਣਾ ਚਾਹੀਦਾ ਕਿ ਸਟੇਟ ਦੇ ਲੋਕਾਂ ਦੇ ਲਈ ਉਹਦੇ ਕਿਸ ਨੁਮਾਇੰਦੇ ਨੇ, ਉਹਦੇ ਕਿਸ MLA ਵਿਧਾਇਕ ਨੇ ਕੰਮ ਕੀਤਾ, ਅਤੇ ਜੇ ਕੀਤਾ ਹੈ ਤਾਂ ਉਹ ਕਿੰਨਾ ਕੀਤਾ ਹੈ, ਅਤੇ ਉਹਦਾ ਹੁਣ ਲੋਕਾਂ 'ਤੇ ਕਿੰਨਾ ਅਸਰ ਹੈ, ਕੀ ਉਹ ਸੀਟ ਜਿੱਤ ਸਕਦਾ, ਨਹੀਂ ਜਿੱਤ ਸਕਦਾ ਤਾਂ ਬਦਲ ਦਿਉ ਜੀ। ਇਹ ਹਰ ਇੱਕ ਪਾਰਟੀ ਦੀ ਆ, ਇਕੱਲਾ ਕੇਜਰੀਵਾਲ ਜਾਂ ਕਾਂਗਰਸ ਜਾਂ ਅਕਾਲੀ ਦਲ BSP BJP ਲਈ ਨਹੀਂ, ਜੋ ਵੀ ਬੰਦਾ, ਜੇ ਲੋਕ ਚਾਹੁੰਦੇ ਨੇ, ਜੇ ਲੋਕ ਚਾਹੁੰਦੇ ਹੁੰਦੇ ਤਾਂ ਉਹਨੂੰ ਆਜ਼ਾਦ ਨੂੰ ਵੀ ਜਿਤਾ ਦੇਣਗੇ ਫਿਰ ਜੀ। ਪਰ ਇੱਕ ਪਾਸੇ ਹੁਣ ਲੋਕਾਂ ਦਾ ਰੋਲ ਵੀ ਹੈ ਵੀ ਲੋਕ ਕਿਤੇ ਐਂ ਕਹਿ ਲਓ ਮੂਰਖ ਬੰਦਿਆਂ ਨੂੰ ਉਹਨਾਂ ਨੂੰ ਜਿਤਾਈ ਜਾਣ, ਮੂਰਖਾਂ ਨੂੰ ਆਪਣੇ ਸਿਰ 'ਤੇ ਨਾ ਨਾ ਬਿਠਾਈ ਜਾਣ, ਉਹ ਵੀ ਦੇਖਣਾ ਚਾਹੀਦਾ। ਪਰ ਦਲ ਬਦਲ ਦੀ ਗੱਲ ਚੱਲ ਰਹੀ ਹੈ ਤਾਂ ਦਲ ਬਦਲੂਆਂ ਦਾ ਦੌਰ ਚੱਲਦਾ ਰਹਿੰਦਾ, ਚੋਣਾਂ ਆ ਰਹੀਆਂ ਨੇ ਤਾਂ ਦਲ ਬਦਲੇ ਜਾ ਰਹੇ ਨੇ ਜੀ। ਜੇ ਪਹਿਲਾਂ 4 ਵਿਧਾਇਕ ਕਹਿੰਦੇ ਸੀ ਰਾਜਕੁਮਾਰ ਵੇਰਕਾ ਕਿ 4 ਵਿਧਾਇਕ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਆਉਣ ਨੂੰ ਤਿਆਰ ਹੈ, ਤਾਂ ਕੇਜਰੀਵਾਲ ਨੇ ਕਹਿੰਦੇ, ਉਹ ਕਹਿੰਦੇ 25 ਸਾਡੇ ਨਾਲ ਆਉਣ ਨੂੰ ਤਿਆਰ ਆ, ਹਾਲਾਂਕਿ ਕੈਪਟਨ ਕਹਿੰਦੇ ਮੇਰੇ ਨਾਲ ਆਉਣ ਨੂੰ ਤਿਆਰ ਨੇ। ਇੰਨੇ ਕਿੰਨੇ ਕੁ ਵਿਧਾਇਕ ਨੇ ਜੀ,
ਜਿਹੜੇ ਜੇ ਜੇ ਸਾਰੇ ਆਹ ਲੈ ਗਏ ਫਿਰ ਤਾਂ ਕਾਂਗਰਸ ਚਲੀ ਗਈ, ਇਹਨਾਂ ਦੋਵਾਂ ਪਾਰਟੀਆਂ 'ਚ ਚਲੀ ਗਈ। ਅਤੇ ਮਤਲਬ ਕਹਿਣ ਦਾ ਭਾਵ ਇੱਕ ਦਮਗ ਜੇ ਹੁੰਦੇ ਨੇ, ਜਿਹਨੇ ਜਾਣਾ ਉਹਨੇ ਚਲੇ ਜਾਣਾ, ਉਹ ਸੱਤਾ ਦੇ ਲਾਲਚ ਲਈ ਹੀ ਜਾਏਗਾ, ਪਾਵਰ ਦੇ ਲਾਲਚ ਲਈ ਹੀ ਜਾਏਗਾ, ਲੋਕ ਹਿੱਤਾਂ ਲਈ ਨਹੀਂ ਜਾਊਗਾ। ਪਹਿਲਾਂ ਖਹਿਰੇ ਨਾਲ ਚਲੇ ਗਏ ਸੀ, ਅਤੇ ਫਿਰ ਹਬੀਬਾ ਜੀ ਚਲੇ ਗਏ, ਹੁਣ ਜੱਗਾ ਚਲੇ ਗਿਆ। ਅਤੇ ਇੱਦਾਂ ਕਾਂਗਰਸ ਵਾਲੇ ਵੀ ਇੱਧਰ ਪਹਿਲਾਂ ਖਹਿਰਾ ਆਇਆ ਹੀ ਇੱਧਰ ਸੀ ਕਾਂਗਰਸ 'ਚੋਂ ਜੀ, ਅਤੇ ਉਹ ਸਿਰਫ ਕੁਰਸੀ ਦੇ ਲਾਲਚ ਲਈ ਇਹ ਦਲ ਬਦਲਦੇ ਨੇ। ਆਮ ਲੋਕਾਂ ਦੇ ਉੱਤੇ ਇਹਨਾਂ ਦੀਆਂ ਚੀਜ਼ਾਂ ਨਾ ਕੋਈ ਅਸਰ ਪੈਣਾ, ਨਾ ਪੈਂਦਾ, ਨਾ ਉਹਨਾਂ ਦਾ ਸੁਧਾਰ ਹੋਣਾ, ਨਾ ਹੋਇਆ, ਨਾ ਕਦੇ ਪਹਿਲਾਂ ਕੀਤਾ ਕਿਸੇ ਨੇ। ਉਹ ਇੱਦਾਂ ਹੀ ਵਿਚਾਰੇ ਤੜਫਦੇ ਬਿਲਕਦੇ ਰਹਿ ਜਾਂਦੇ ਨੇ, ਸੱਤਾ ਪ੍ਰਾਪਤੀ ਵਾਲੇ ਸੱਤਾ ਪ੍ਰਾਪਤ ਕਰਕੇ ਉਹ ਚਲੇ ਜਾਂਦੇ ਨੇ ਜੀ। ਅੱਛਾ ਪਰਮਿੰਦਰ ਜੀ, ਬੀਤੇ ਦਿਨੀਂ ਕੇਜਰੀਵਾਲ ਹੋਰਾਂ ਦਾ ਪੰਜਾਬ ਦੌਰਾ ਸੀ, ਉਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਨਕਲੀ ਕੇਜਰੀਵਾਲ ਨੇ, ਉਹਨਾਂ 'ਤੇ ਪਲਟਵਾਰ ਕਰਦੇ ਹੋਏ CM ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਤਾਂ ਭਟਕ ਗਏ ਹੁਣ, ਉਹਨਾਂ ਨੂੰ ਰਾਹ ਨਹੀਂ ਲੱਭ ਰਿਹਾ ਕੋਈ, ਅਤੇ ਮੈਂ ਤਾਂ ਅਸਲੀ ਹਾਂ, ਕੇਜਰੀਵਾਲ ਖੁਦ ਨਕਲੀ ਨੇ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ ਕੇਜਰੀਵਾਲ ਹੋਰੀ ਗਰੰਟੀਆਂ ਦੇ ਰਹੇ ਨੇ ਉਹਨਾਂ 'ਤੇ ਟਿੱਪਣੀ ਕੀਤੀ ਹੈ, ਕਹਿੰਦੇ ਵੀ ਜਿਹੜੀ ₹1,000 ਦੇਣ ਦਾ ਐਲਾਨ ਕੀਤਾ ਗਿਆ ਜਾਂ ਹੋਰ ਐਲਾਨ ਕੀਤੇ ਗਏ ਨੇ ਤਾਂ ਉਹਨਾਂ ਦੇ ਲਈ ਬਜਟ ਕਿੱਥੋਂ ਆਏਗਾ, ਪੈਸਾ ਕਿੱਥੋਂ ਆਏਗਾ? ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਵਾਲ ਪੁੱਛੇ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜਦੋਂ ਜਦੋਂ ਇਲੈਕਸ਼ਨਾਂ ਦਾ ਸਮਾਂ ਹੁੰਦਾ ਨਾ, ਉਦੋਂ ਸਾਰੇ ਨਕਲ ਚੀਪ ਜਾਂਦੇ ਨੇ, ਇਹ ਜੀ ਇੱਕ ਦੂਜੇ ਦੀਆਂ ਨਕਲਾਂ ਉਤਾਰਦੇ ਨੇ, ਉਹ ਇੱਕ ਦੂਜੇ ਬਾਰੇ ਉਹਦੇ ਉਹਦੇ ਵਾਅਦਿਆਂ ਦੀ, ਉਹਦੇ ਗੱਲ ਦਾਅਵਿਆਂ ਦੀ ਕਾਪੀ ਕਰ ਲੈਂਦੇ ਨੇ। ਹੁਣ ਤਾਂ ਬਹੁਤ ਵੱਡਾ ਦੌਰ ਚੱਲ ਰਿਹਾ ਇਹਦਾ, ਹਰੇਕ ਪਾਰਟੀ ਦਾ MLA ਵਿਧਾਇਕ ਰੌਲਾ ਪਾ ਰਿਹਾ, ਖਾਮ ਖਾ ਰੌਲਾ ਪਾ ਰਿਹਾ ਬਿਨਾਂ ਗੱਲ ਤੋਂ। ਉਹਦੇ ਰੌਲੇ ਨਾਲ ਪੰਜਾਬ ਦਾ ਕੁਛ ਨਹੀਂ ਸੰਵਰਨਾ, ਨਾ ਕੋਈ ਪੰਜਾਬ ਦਾ ਰੈਵਿਨਿਊ ਆ ਜਾਣਾ, ਨਾ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਜਾਣਾ। ਚਾਹੇ ਐਲਾਨ ਕਰਤਾ, ਚਾਹੇ ਵਾਅਦਾ ਕਰਤਾ ਕਿ ਅਸੀਂ ਆਮ ਐਂ ਕਰ ਦਾਂਗੇ, ਨਾ ਹੀ ਪੰਜਾਬ ਦੇ ਲੋਕਾਂ ਨੂੰ ਕੋਈ ਜਿਹੜੀ ਕਾਨੂੰਨ ਵਿਵਸਥਾ ਜਾਂ ਕਹਿ ਲਓ ਕਿ ਸ਼ਾਂਤੀ ਮਿਲਣੀ ਆ, ਅਤੇ ਨਾ ਉਹਨਾਂ ਨੂੰ ਕਹਿ ਲਓ ਮਹਿੰਗਾਈ ਤੋਂ ਰਾਹਤ ਮਿਲਣੀ ਹੈ, ਐਸਾ ਕੁਛ ਨਹੀਂ ਹੈਗਾ। ਅਤੇ ਸਿਰਫ ਅਤੇ ਸਿਰਫ ਨਕਲ ਨਕਲਚੀ ਬਣ ਕੇ, ਜਿਵੇਂ ਚੰਨੀ ਕਹਿੰਦਾ ਭੰਡ ਨੇ ਤਾਂ ਕੇਜਰੀਵਾਲ ਨੂੰ ਕਹਿੰਦਾ, ਅਤੇ ਸਿੱਧੂ ਕਹਿੰਦਾ ਕਹਿੰਦਾ ਇੱਦਾਂ ਨਹੀਂ, ਰੋਡ ਮੈਪ ਦਿਓ ਜੀ, ਦੱਸੋ ਕਿੱਥੋਂ। ਇਹ ਸਾਰੀਆਂ ਪਾਰਟੀਆਂ ਰਲ ਕੇ ਜਨਤਕ ਤੌਰ 'ਤੇ ਆ ਕੇ ਕਲੀਅਰ ਕਰ ਦੇਣ। ਜਿਹੜਾ ਬੰਦਾ ਇਹ ਕਲੀਅਰ ਕਰ ਗਿਆ ਕਿ ਇਹ ਰੋਡ ਮੈਪ ਹੋਊਗਾ ਇਸੇ ਤਰ੍ਹਾਂ, ਇਸ ਤਰ੍ਹਾਂ ਅਸੀਂ ਰੈਵਿਨਿਊ ਲਵਾਂਗੇ, ਇਸ ਤਰ੍ਹਾਂ ਰੈਵਿਨਿਊ ਪੰਜਾਬ ਦਾ ਇਕੱਠਾ ਹੋਊਗਾ, ਸਰਕਾਰ ਜਿਹੜੀ ਸਾਡੀ ਜਿਹੜੀ ਵੀ ਪਾਰਟੀ ਬੋਲੇਗੀ ਆਪਣਾ ਪੱਖ ਦਊਗੀ, ਤਾਂ ਉਹ ਕਹੇਗੀ ਕਿ ਜੇ ਸਾਡੀ ਸਰਕਾਰ ਬਣਦੀ ਆ ਤਾਂ ਸਰਕਾਰ ਸਾਡੀ ਕੋਈ ਵੀ ਇੱਕ ਨਵੇਂ ਪੈਸੇ ਦੀ ਮਹਿੰਗਾਈ ਨਹੀਂ ਕਰੇਗੀ, 5 ਸਾਲ ਰਾਜ ਕਰਾਂਗੇ, ਪਰ 5 ਸਾਲਾਂ ਦੇ ਰੇਟ ਆ ਜਿਹੜੇ ਡਾਊਨ ਆਉਣਗੇ ਸਾਰੀਆਂ ਚੀਜ਼ਾਂ ਦੇ, 1 ਪੈਸਾ ਕਿਸੇ ਰੇਟ ਨਹੀਂ ਵਧੂਗਾ ਜੀ, ਔਰ ਹਰ ਸਾਲ ਰੇਟ ਘਟਾਏ ਜਾਣਗੇ। ਰੈਵਿਨਿਊ ਇੱਦਾਂ ਅਸੀਂ ਜਨਰੇਟ ਕਰਾਂਗੇ, ਇੱਦਾਂ ਅਸੀਂ ਰੈਵਿਨਿਊ ਲੈ ਕੇ ਆਵਾਂਗੇ। ਇਹ ਸਿੱਧੂ ਹੀ ਜਵਾਬ ਦੇ ਦੇਣ, ਸਿੱਧੂ ਇਹਨਾਂ ਗੱਲਾਂ ਦਾ ਜਵਾਬ ਦੇ ਦੇਣ ਕਿ ਭਾਈ ਜਿਹੜੇ ਸਮਝੌਤੇ ਤੁਸੀਂ ਰੱਦ ਕਰਕੇ ਰੌਲਾ ਪਾਇਆ ਹੈ ਸਰਕਾਰ 'ਚ, ਵੀ 3 ਰੁਪਏ ਦਾ ਫਲਾਣਾ ਉਹ ਯੂਨਿਟ ਬਿਜਲੀ ਜਾਂ ਸਮਝੌਤੇ ਰੱਦ ਹੋ ਗਏ, ਉਹਨਾਂ ਦੀ ਉਹ ਕਲੀਅਰੈਂਸ ਕਰ ਦੇਣ ਕਿ ਹੋ ਗਏ, ਸਾਰੇ ਟ੍ਰਿਬਿਊਨਲਾਂ ਨੇ ਜਿਹੜੇ ਹੈਗੇ ਉਹ ਤੁਹਾਡੀ ਫਾਈਲ ਖਾਰਜ ਕਰਤੀ ਹੈ। ਮਤਲਬ ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ ਆ, ਰੇਤੇ ਦਾ ਰੌਲਾ ਤੁਸੀਂ ਖਬਰਾਂ ਪੜ੍ਹ ਰਹੇ ਹੋ, ਰੇਤਾ 25 ਫੁੱਟ 25 ਰੁਪਏ 30 ਰੁਪਏ ਦੇ ਫੁੱਟ ਹਾਲੇ ਵੀ ਵਿਕ ਰਿਹਾ, ਕਿੱਥੇ ਮਿਲ ਰਿਹਾ 5 ਰੁਪਏ 7 ਰੁਪਏ ਰੇਤਾ, ਦੱਸ ਦੇਣਾ। ਲੋਕ ਕਹਿ ਰਹੇ ਨੇ ਦੱਸ ਦਿਓ ਐਡਰੈਸ ਦੇ ਦਿਓ ਭਾਈ, ਸਰਕਾਰ ਤੁਹਾਡੀ ਹੈ, ਤਾਂ ਉਹਨਾਂ ਨੂੰ ਸਵਾਲ ਕਰ ਰਹੇ ਹਾਂ ਆਪਾਂ, ਆਪਾਂ ਕਿਸੇ ਦੇ ਪੱਖ ਨਹੀਂ ਕਰ ਰਹੇ ਕਿ ਕੇਜਰੀਵਾਲ ਨੇ ਕਿਹਾ ਤਾਂ ਵਿਰੋਧ ਕਰ ਰਹੇ ਹਾਂ ਕਾਂਗਰਸ ਦਾ, ਕੇਜਰੀਵਾਲ ਨੂੰ ਕਹਿਤਾ ਜੇ ਨਾ ਅਸੀਂ ਨਹੀਂ, ਕੇਜਰੀਵਾਲ ਤਾਂ ਜਦੋਂ ਆਇਆ ਦੇਖੀ ਜਾਊਗੀ ਜੇ ਆਉਣਾ ਜਾਂ ਨਹੀਂ ਆਉਣਾ ਪਤਾ ਨਹੀਂ, ਪਰ ਫਿਲਹਾਲ ਸੱਤਾ ਜਿਹੜੀ ਹੈਗੀ ਹੈ ਸਿੱਧੂ ਔਰ ਚੰਨੀ ਦੇ ਹੱਥ ਹੈ, ਇਹ ਕਲੀਅਰ ਕਰਨ ਲੋਕਾਂ ਨੂੰ। ਬੋਲ ਕੇ ਕੀ ਮਤਲਬ ਹੈ, ਬੋਲ ਕੇ ਕਹੋ, ਜਿਵੇਂ ਹੁਣ ਚੰਨੀ ਨੇ ਕਹਿਤਾ ਜੀ 100 ਰੁਪਏ ਕੇਬਲ ਦੇ, ਜਦੇ ਸਿੱਧੂ ਕਹਿੰਦਾ 100 ਰੁਪਏ ਕਿਵੇਂ ਨੇ ਭਾਈ, 130 ਰੁਪਏ ਦਾ ਟਰਾਈ ਨਹੀਂ, ਤੁਸੀਂ ਦੱਸੋ ਕਿ ਕਿਵੇਂ ਰੇਟ ਘਟਾਏ ਜਾ ਸਕਦੇ ਹੈ। ਬਿਲਕੁਲ ਨਹੀਂ ਚੰਨੀ ਦੱਸ ਪਾਇਆ, ਨਹੀਂ ਹੋਣੀ ਨੌਲੇਜ, ਭਾਈ ਤੁਸੀਂ ਦੱਸੋ ਕਿਵੇਂ ਘਟਾਏ ਜਾ ਸਕਦੇ ਹੈ, ਰਾਹਤ ਦਿਓ, ਤੁਸੀਂ ਦੱਸੋ ਰੇਤਾ ਕਿੱਥੋਂ ਆਊਗਾ, ਤੁਸੀਂ ਦੱਸੋ ਬਿਜਲੀ ਕਿਵੇਂ ਆਊਗੀ, ਤੁਸੀਂ ਦੱਸੋ ਰੇਟ ਕਿਵੇਂ ਘਟ ਗਏ, ਦਿਓ ਜਵਾਬ। ਜਿਹੜੀਆਂ ਸੋਸ਼ਲ ਮੀਡੀਆ 'ਤੇ ਫੋਟੋਆਂ ਚੱਲ ਰਹੀਆਂ ਨੇ, ਵਾਇਰਲ ਹੋ ਰਹੀਆਂ ਨੇ, ਹਰ ਇੱਕ ਚੀਜ਼ ਆ ਰਹੀ ਹੈ, ਉਹਨਾਂ ਨੂੰ ਨਹੀਂ ਦੇਖਦੇ ਜੇ ਟਵੀਟ ਆਪ ਕਰਦੇ ਨੇ ਸੋਸ਼ਲ ਮੀਡੀਆ 'ਤੇ, ਅਤੇ ਉਹਨਾਂ ਨੂੰ ਨਹੀਂ ਪਤਾ ਵੀ ਆਹ ਸੋਸ਼ਲ ਮੀਡੀਆ 'ਤੇ ਚੱਲ ਰਿਹਾ, ਉਹ ਇਗਨੋਰ ਕਰ ਦਿਓ, ਆਪਣੇ ਆਪ ਨੂੰ ਬਸ ਮੂਹਰੇ ਲੈ ਕੇ ਰੱਖੋ ਵੀ ਮੈਂ ਇਹ ਦੌੜ ਲੱਗੀ ਪਈ ਹੈ। ਉਹ ਕਹਿੰਦਾ ਇਹ ਨਾ ਬਿਆਨ ਦੇ ਦੇ ਕੋਈ, ਮੈਂ ਮੂਹਰੇ ਰਹਾਂ, ਕੱਲ੍ਹ ਨੂੰ ਕਹਾਂ ਮੇਰੇ ਕਰਕੇ ਹੋਇਆ ਇਹ ਇੱਦਾਂ, ਹੈ ਨਾ, ਮੈਂ ਰੌਲਾ ਪਾਇਆ ਤਾਂ ਇੱਦਾਂ ਹੋਇਆ। ਉਹ ਕਹਿੰਦਾ ਮੈਂ ਉਹ ਵੱਡੇ ਵੱਡੇ ਪੋਸਟਰ ਲਾਉਣ ਲੱਗ ਗਿਆ ਚੰਨੀ, ਕੇਜਰੀਵਾਲ ਆਟੋ ਵਾਲਿਆਂ ਦੇ ਪਿੱਛੇ ਹੋ ਗਏ, ਯਾਨੀ ਕਿ ਸੁਖਬੀਰ ਬਾਦਲ ਕਹਿੰਦੇ ਜਲੇਬੀਆਂ ਕੱਢਣ ਲੱਗ ਗਿਆ, ਹੈ ਨਾ। ਇਹ ਨਾ ਨਾਲ ਪੰਜਾਬ ਦਾ ਕੁਛ ਨਹੀਂ ਸਮਰਨਾ।
ਇਹ ਤਾਂ ਤੁਸੀਂ ਇਹ ਤਾਂ ਤੁਹਾਡਾ ਪਹਿਲੇ ਦਿਨ ਤੋਂ ਫਰਜ਼ ਬਣਦਾ ਸੀ ਜਦੋਂ ਸੱਤਾ 'ਚ ਆਉਣ ਦੀ ਤੁਸੀਂ ਜਾਂ ਸਰਕਾਰ ਜਾਂ ਪੋਲੀਟੀਸ਼ੀਅਨ ਬਣਨ ਦੀ ਤੁਸੀਂ ਸੁਪਨਾ ਲਿਆ ਸੀ ਕਿ ਅਸੀਂ ਲੋਕਾਂ 'ਚ ਵਿਚਰਨਾ ਭਾਈ ਲੋ ਆਮ ਲੋਕ ਬਣ ਕੇ ਉਹ ਲੋਕਾਂ ਦੇ ਉਦਾਹਰਣ ਦੇਈਏ ਨੇ ਬਾਹਰਲੇ ਦੇਸ਼ਾਂ ਦੇ ਕਿ ਦੇਖੋ ਲਾਈਨ 'ਚ ਖੜ੍ਹ ਕੇ ਬਿੱਲ ਭਰਦਾ ਮੰਤਰੀ ਪ੍ਰਧਾਨ ਮੰਤਰੀ ਆ ਸੜਕ 'ਤੇ ਫਿਰ ਰਿਹਾ ਬੱਸ 'ਚ ਜਾ ਰਿਹਾ ਅਤੇ ਆਪ ਇਹ ਚੋਣਾਂ ਵੇਲੇ ਸਾਰਿਆਂ ਦੇ ਘਰਾਂ 'ਚ ਵੜ ਜਾਂਦੇ ਨੇ ਅਤੇ ਇਹ ਇਹ ਚੀਜ਼ਾਂ ਯਾਨੀ ਕਿ ਕਹਿਣ ਤੋਂ ਭਾਵ ਇਹ ਕਿ ਇਹਨਾਂ ਨੇ ਸਵਾਰਨਾ ਕੁਛ ਨਹੀਂ ਸਿਰਫ ਦਮ ਗੱਜੇ ਨੇ ਖੋਖਲੇ ਵਾਅਦੇ ਨੇ ਅਤੇ ਦਾਅਵੇ ਨੇ ਕਿਸੇ ਦਾ ਸਾਰੀਆਂ ਪਾਰਟੀਆਂ ਸਾਹਮਣੇ ਆ ਕੇ ਲੋਕਾਂ ਨੂੰ ਸਪਸ਼ਟ ਕਰ ਦੇਣ ਕਿ ਸਾਡੇ ਰੋਡ ਮੈਪ ਇਹ ਨੇ ਚਾਹੇ ਸਿੱਧੂ ਆ ਚਾਹੇ ਸੁਖਬੀਰ ਆ ਚਾਹੇ ਕੈਪਟਨ ਆ ਚਾਹੇ ਕੇਜਰੀਵਾਲ ਆ ਚਾਹੇ ਗੜ੍ਹੀ ਆ ਸੁਰਜੀਤ ਸਿੰਘ ਉਹ ਜਸਵੀਰ ਸਿੰਘ ਗੜ੍ਹੀ ਚਾਹੇ ਬੀਜੇਪੀ ਵਾਲੇ ਨੇ ਦੱਸਣ ਪੰਜਾਬ ਦੇ ਲੋਕਾਂ ਨੂੰ ਕਿ ਇੱਦਾਂ ਅਸੀਂ ਤੁਹਾਡਾ ਜਿਹੜਾ ਹੈਗਾ ਸੁਧਾਰ ਇੱਦਾਂ ਕਰਾਂਗੇ ਸਿੱਖਿਆ ਸਿਹਤ ਪ੍ਰਣਾਲੀ 'ਚ ਇੱਦਾਂ ਸੁਧਾਰ ਕਰਾਂਗੇ ਬਾਕੀ ਵਿਕਾਸ ਇੱਦਾਂ ਕਰਾਂਗੇ ਤੁਹਾਡੇ 'ਤੇ ਕੋਈ ਬੋਝ ਨਹੀਂ ਪੈਣਾ ਫਿਰ ਗੱਲ ਬਣਦੀ ਹੈ ਰੌਲਾ ਪਾਉਣ ਨਾਲ ਕੁਛ ਨਹੀਂ ਬਣਦਾ ਪੰਜਾਬ ਦਾ ਜੀ ਪਰਮਿੰਦਰ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੁਣ ਆਪਣੇ ਜਿਹੜੇ ਪੱਤੇ ਨੇ ਸਿਆਸੀ ਉਹ ਬਿਲਕੁਲ ਸਪਸ਼ਟ ਕਰ ਦਿੱਤੇ ਨੇ ਕਹਿੰਦੇ ਕਿ ਹੁਣ ਬੀਜੇਪੀ ਦੀ ਲੋਕ ਪ੍ਰਚਾਰ ਕਰਨਗੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਅਤੇ ਉਹਨਾਂ ਨੇ ਬੀਤੇ ਦਿਨ ਹੀ ਐਲਾਨ ਵੀ ਕੀਤਾ ਸੀ ਕਿ ਪਟਿਆਲੇ ਤੋਂ ਚੋਣ ਲੜਾਂਗੇ ਅਤੇ ਪ੍ਰਨੀਤ ਕੌਰ ਹੋਰਾਂ ਦਾ ਬਿਆਨ ਆਇਆ ਕਿ ਮੈਂ ਆਪਣੇ ਪਰਿਵਾਰ ਨਾਲ ਖੜੀ ਹਾਂ ਕਿਉਂਕਿ ਸਿੱਧੂ ਜੋੜਾ ਲਗਾਤਾਰ ਇੱਕ ਛੇੜਖਾਨੀ ਜੀ ਕਰ ਰਿਹਾ ਸੀ ਕਿ ਪ੍ਰਨੀਤ ਕੌਰ ਇਹ ਦੱਸਣ ਕਿ ਉਹ ਕਹਿੰਦੇ ਕਿ ਪ੍ਰਨੀਤ ਕੌਰ ਕੈਪਟਨ ਸਾਹਿਬ ਨਾਲ ਨਹੀਂ ਖੜੇ ਸਿੱਧੂ ਜੋੜਾ ਲਗਾਤਾਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਸੀ ਉਸ ਤੋਂ ਬਾਅਦ ਪ੍ਰਨੀਤ ਕੌਰ ਹੋਰੀ ਕਹਿੰਦੇ ਕਿ ਮੈਂ ਆਪਣੇ ਪਰਿਵਾਰ ਨਾਲ ਖੜੀ ਹਾਂ ਅਤੇ ਹੁਣ ਕੈਪਟਨ ਸਾਹਿਬ ਦਾ ਜਿਹੜਾ ਕਦਮ ਹੈ ਅਤੇ ਦੂਸਰੇ ਪਾਸੇ ਜਿਹੜਾ ਨੋਟਿਸ ਜਾਰੀ ਹੋਇਆ ਪ੍ਰਨੀਤ ਕੌਰ ਹੋਰਾਂ ਨੂੰ ਦੋਵੇਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਸਿੱਧੂ ਜੋੜੇ ਕੋਲ ਸਵਾਏ ਨਿੰਦਣ ਦੇ ਕਿਸੇ ਨੂੰ ਵੀ ਉਹ ਹੋਰ ਕੋਈ ਕੰਮ ਹੈ ਤਾਂ ਮੈਨੂੰ ਲੱਗਦਾ ਨਹੀਂ ਪਰ ਜੇ ਹੁਣ ਕੱਲ੍ਹ ਨੂੰ ਮੰਨ ਲਓ 1% ਮੰਨ ਲਓ ਵੀ ਕਿਤੇ ਰਿਜ਼ਾਇਨ ਕਰ ਜਾਣ ਪ੍ਰਨੀਤ ਕੌਰ ਜਾਂ ਪ੍ਰਨੀਤ ਕੌਰ ਨੂੰ ਪਾਰਟੀ ਕਹਿ ਦੇ ਵੀ ਚਲੋ ਬਾਹਰ ਹੋ ਜਾਓ ਜੀ ਠੀਕ ਹੈ ਫਿਰ ਇਹਨਾਂ ਕੋਲ ਕਿਹੜਾ ਮੁੱਦਾ ਰਹਿ ਜੂਗਾ ਬੋਲਣ ਲਈ ਔਰ ਵੈਸੇ ਵੀ ਮੇਰੇ ਖਿਆਲ ਪ੍ਰਨੀਤ ਕੌਰ ਨੂੰ ਲਾਂਭੇ ਹੋ ਜਾਣਾ ਚਾਹੀਦਾ ਅਤੇ ਦੂਜੇ ਪਾਸੇ ਜੇ 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 ਤੁਸੀਂ ਗੱਲ ਕਰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਹ ਛੋਟੀ ਜਿਹੀ ਗੱਲ ਨਹੀਂ ਹੈਗੀ ਤੁਸੀਂ ਇਹਨੂੰ ਵੱਡਾ ਕਰਕੇ ਦੇਖੋਗੇ ਤਾਂ ਕੈਪਟਨ ਅਮਰਿੰਦਰ ਸਿੰਘ ਕਿਉਂ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਮੇਰੇ ਲਈ ਪ੍ਰਚਾਰ ਕਰਨ ਲਈ ਆਉਣ ਪੰਜਾਬ ਦੇ ਵਿੱਚ ਅਤੇ ਮੈਂ ਭਾਜਪਾ ਦੇ ਲਈ ਪ੍ਰਚਾਰ ਕਰਨ ਬਾਹਰ ਜਾਵਾਂ ਕਾਂਗਰਸ ਦਾ ਵੱਡਾ ਚਿਹਰਾ ਸੀ ਕੈਪਟਨ ਅਮਰਿੰਦਰ ਸਿੰਘ ਔਰ ਸਪਸ਼ਟ ਕਰ ਚੁੱਕਿਆ ਕਿ ਜਿਹੜੀਆਂ ਜਿਹੜੀਆਂ ਕੁਰੀਤੀਆਂ ਕਹਿ ਲਓ ਆਪਾਂ ਸਾਫ਼ ਸ਼ਬਦਾਂ 'ਚ ਕਹਿ ਲਈਏ ਜਿਹੜੀਆਂ ਕਾਂਗਰਸ ਨੇ ਕੀਤੀਆਂ ਨੇ ਗਲਤ ਨੀਤੀਆਂ ਜਾਂ ਜੋ ਕਾਂਗਰਸ ਨੇ ਕੀਤਾ ਉਹ ਸਾਰਾ ਕੁਛ ਕਹਿੰਦਾ ਮੈਨੂੰ ਪਤਾ ਹੈ ਔਰ ਮੈਂ ਐਸੀਆਂ ਪੋਲਾਂ ਖੋਲੂੰ ਇਹਦਾ ਚੀਜ਼ ਦਾ ਨੈਸ਼ਨਲ ਲੈਵਲ 'ਤੇ ਅਸਰ ਪੈਣਾ ਸਾਰੀਆਂ ਸਟੇਟਸ ਦੇ ਵਿੱਚ ਪੈਣਾ ਅਤੇ ਬੀਜੇਪੀ ਨੂੰ ਸੈਂਟਰ ਬਣਾਉਣ ਵਾਸਤੇ ਬਾਕੀ ਸਟੇਟਾਂ ਜਿਤਨੀਆਂ ਜ਼ਰੂਰੀ ਨੇ ਪੰਜਾਬ ਕੋਲ ਤਾਂ ਲਿਮਿਟਡ ਜੀਆਂ ਸੀਟਾਂ ਨੇ ਉਹਦੇ ਲਈ ਇਹ ਕੈਪਟਨ ਅਮਰਿੰਦਰ ਸਿੰਘ ਖੁੱਲ੍ਹਾ ਕਹਿ ਰਿਹਾ ਵੀ ਮੈਂ ਤਿਆਰ ਹਾਂ ਮੈਂ ਦੱਸੂੰ ਲੋਕਾਂ ਨੂੰ ਜਾ ਕੇ ਕੀ ਹੁੰਦਾ ਹੈ ਕਿਵੇਂ ਹੁੰਦਾ ਕਾਂਗਰਸ ਦੇ ਵਿੱਚ ਕਾਂਗਰਸ ਦੀਆਂ ਕੀ ਕਮਜ਼ੋਰੀਆਂ ਨੇ ਸਾਰੀਆਂ ਦੱਸੂ ਅਤੇ ਉਹਦਾ ਫਾਇਦਾ ਸਾਰੇ ਲੈਣਾ ਹੀ ਲੈਣਾ ਇਹਨਾਂ ਨੇ ਇਹਦਾ ਪਰਿਵਾਰ ਵੀ ਫਾਇਦਾ ਲਊਗਾ ਇਹਦੀ ਪਾਰਟੀ ਵੀ ਫਾਇਦਾ ਲਊਗੀ ਬੜੇ ਬੜੇ ਫੰਡ ਅਰੇਂਜ ਹੋਣੇ ਨੇ ਬਜਟ ਆਉਣਾ ਹੈ ਸਾਰਾ ਕੁਛ ਹੋਣਾ ਅਤੇ ਕਿਉਂ ਨਹੀਂ ਕਾਂਗਰਸ ਨੂੰ ਹਰਾਉਣ ਵਾਸਤੇ ਇੱਕ ਬੰਦਾ ਬੀਜੇਪੀ ਦੇ ਹੱਥ 'ਚ ਆ ਗਿਆ ਅਤੇ ਵੱਡਾ ਚਿਹਰਾ ਮੰਨਿਆ ਜਾਂਦਾ ਚਾਹੇ ਪੰਜਾਬ 'ਚ ਉਹਦੀ ਬੁੱਕਤ ਕਿੰਨੀ ਆ ਕੋਈ ਹੈ ਨਹੀਂ ਹੈ ਉਹ ਵੱਖਰੀ ਗੱਲ ਪੰਜਾਬ ਹਰਦਾ ਜਿੱਤਦਾ ਜਮਾਨਤ ਜ਼ਬਤ ਹੋ ਜਾਣੀ ਹੈ ਜਿਹੜੇ ਕਹਿੰਦੇ ਨੇ ਕਾ ਹੋ ਜਾਣ ਦਿਉ ਉਹਦਾ ਪਤਾ ਹੈ ਉਹਨੂੰ ਉਹਨੇ ਤਾਂ ਫਾਇਦਾ ਲੈਣਾ ਜਿੱਦਾਂ ਸਾਰੇ ਪੋਲੀਟੀਸ਼ੀਅਨ ਲੈਂਦੇ ਨੇ ਤਾਂ ਕੈਪਟਨ ਨੇ ਵੀ ਫਾਇਦਾ ਲੈਣਾ ਹੀ ਲੈਣਾ ਬਾਕੀ ਵੀ ਤਾਂ ਆਪਣੇ ਪਰਿਵਾਰਾਂ ਨੂੰ ਜੋੜਦੇ ਨੇ ਸਾਰੇ ਪਰਿਵਾਰਾਂ ਲਈ ਕਰਦੇ ਨੇ ਉਹ ਕਰ ਰਿਹਾ ਠੀਕ ਹੈ ਜਮਾਨਤ ਜ਼ਬਤ ਹੁੰਦੀ ਉਹਨੇ ਕੀ ਲੈਣਾ ਜੇ ਜੇ 75-25 ਦਾ ਰੌਲਾ ਸੀ ਤਾਂ ਕੀ ਲੈਣਾ ਉਹਨਾਂ ਨੇ 75-25 ਆਪਣੇ ਪਰਿਵਾਰ ਲਈ ਲੈ ਗਿਆ ਅਗਲਾ ਠੀਕ ਹੈ ਨਾ ਪਹਿਲਾਂ ਗੱਠਜੋੜ ਸੀਗਾ ਭਾਜਪਾ ਦਾ ਤਾਂ ਅਕਾਲੀ ਦਲ ਨੇ ਫਾਇਦਾ ਲੈ ਲਿਆ ਠੀਕ ਹੈ ਉਸ ਕਹਿਣ ਤੋਂ ਮਤਲਬ ਇਹੀ ਹੈ ਕਿ ਨਿੱਜੀ ਫਾਇਦਾ ਲੈਣ ਵਾਸਤੇ ਅਤੇ ਕਾਂਗਰਸ ਦਾ ਵੱਡਾ ਨੁਕਸਾਨ ਕਰਨ ਵਾਸਤੇ ਕਿਉਂਕਿ ਵੱਡੀ ਜਲਾਲਤ ਮਹਿਸੂਸ ਕਰ ਚੁੱਕੇ ਆ ਕੈਪਟਨ ਅਮਰਿੰਦਰ ਸਿੰਘ ਖਾਸ ਕਰ ਸੋਨੀਆ ਪਰਿਵਾਰ ਤੋਂ ਉਹਨਾਂ ਨੂੰ ਆਸ ਨਹੀਂ ਸੀ ਕਿ ਇੱਦਾਂ ਦਾ ਕੋਈ ਮਾਹੌਲ ਬਣ ਸਕਦਾ ਕਦੇ ਲਾਈਫ 'ਚ ਅਤੇ ਉਹਦਾ ਬਦਲਾ ਲੈਣ ਦੇ ਲਈ ਕਹਿ ਲਓ ਸਿੱਧੇ ਤੌਰ 'ਤੇ ਕਿ ਕਾਂਗਰਸ ਦਾ ਭੰਡੀ ਪ੍ਰਚਾਰ ਹੁਣ ਇਹ ਕਰਨਗੇ ਉਹ ਉਸ ਚੀਜ਼ ਨੂੰ ਬੀਜੇਪੀ ਵੀ ਵਰਤਣ ਲਈ ਤਿਆਰ ਰਹੂਗੀ ਮੇਰੇ ਖਿਆਲ ਨਾਲ ਜੀ 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 ਪਰਮਿੰਦਰ ਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਧੰਨਵਾਦ ਇਹ ਸਨ ਸਾਡੇ ਨਾਲ ਪਰਮਿੰਦਰ ਸਿੰਘ ਰਾਏਪੁਰ ਜੀ ਜਿਨ੍ਹਾਂ ਨੇ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਸੀ ਉਹਨਾਂ 'ਤੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲੀ ਵਾਰ ਕਿਸੇ ਹੋਰ ਮੁੱਦੇ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ